ਔਰਤਾਂ ਅਤੇ ਬੱਚਿਆਂ ਲਈ ਜੇਲ੍ਹ ਅੰਦਰ ਮਿਲ ਰਹੀ ਟ੍ਰੇਨਿੰਗ ਸ਼ਲਾਘਾਯੋਗ ਹੈ ਅਤੇ ਇਸੇ ਤਹਿਤ ਹੋਰ ਉਪਰਾਲੇ ਕਰਨਾ ਵੀ ਸੰਸਥਾ ਵੱਲੋਂ ਪਹਿਲਕਦਮੀ ਹੋਏਗੀ। ਇਹ ਵਿਚਾਰ ਉੱਘੇ ਸਮਾਜ ਸੇਵਕ ਦੋਸਤ ਸੰਸਥਾ ਦੇ ਫਾਊਂਡਰ ਅਤੇ ਜਨਰਲ ਸਕੱਤਰ ਭਗਵਾਨ ਦਾਸ ਗੁਪਤਾ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਪ੍ਰਗਟ ਕੀਤੇ ਅਤੇ ਕਿਹਾ ਕਿ ਅਜਿਹੀ ਪਹਿਲਕਦਮੀ ਚੰਗੇ ਸਾਥ ਅਤੇ ਚੰਗੇ ਮੈਂਬਰਾਂ ਦੇ ਹੌਸਲੇ ਨਾਲ ਹੋਣਾ ਹੀ ਸੰਭਵ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਰਿਟਾਇਰਡ JS ਥਿੰਦ ਨੇ ਕਿਹਾ ਕਿ ਦੋਸਤ ਸੰਸਥਾ ਵੱਲੋਂ ਜੇਲ੍ਹ ਵਿਚਲੀਆਂ ਔਰਤਾਂ ਨੂੰ ਟ੍ਰੇਨਿੰਗ ਅਤੇ ਡਿਵੈਲਪਮੈਂਟ ਲਈ ਸਹਿਯੋਗ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਤੋਂ ਇਲਾਵਾ ਵੀ ਸੰਸਥਾ ਵੱਲੋਂ ਕਈ ਹੋਰ ਚੱਲ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਸੰਸਥਾ ਦੇ ਐਡਵਾਈਜ਼ਰ ਮਨਜੀਤ ਸਿੰਘ ਬਰਾੜ, PPS ਅਤੇ ਪ੍ਰੋਜੈਕਟ ਮੁਖੀ ਜੋਗਿੰਦਰ ਬਾਂਸਲ ਨੇ ਵੀ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਜੇਲ੍ਹ ਅੰਦਰ ਮਾਯੂਸ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਬਲਕਿ ਆਪਣੇ ਚੰਗੇ ਭਵਿੱਖ ਲਈ ਜੇਲ੍ਹ ਅੰਦਰ ਮਿਲ ਰਹੀ ਟ੍ਰੇਨਿੰਗ, ਸਿਲਾਈ ਕਢਾਈ, ਖੇਡਾਂ ਆਦਿ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਉਹਨਾਂ ਜੇਲ੍ਹ ਵਿੱਚ ਰਹਿ ਕੇ ਬਣੇ ਖਿਡਾਰੀਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਹਰ ਇਨਸਾਨ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਪਟਿਆਲਾ ਤੋਂ ਅਰਵਿੰਦਰ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।